ਕੀ ਤੁਸੀਂ ਜਾਣਦੇ ਹੋ ਵਧੀਆ ਖਾਣਾ ਦੇਖ ਕੇ ਸਾਡੇ ਮੂੰਹ ਦੇ ਵਿੱਚ ਪਾਣੀ ਕਿਉਂ ਆ ਜਾਂਦਾ ਹੈ ਕੀ ਕਾਰਨ ਸੀ ਜਿਸ ਕਰਕੇ ਇੰਡੀਅਨ ਟੀਮ ਨੂੰ ਵਰਲਡ ਕੱਪ ਜਿੱਤਣ ਤੋਂ ਬਾਅਦ ਭੁੱਖੇ ਪੇਟ ਸੌਣਾ ਪਿਆ ਸੀ ਇੱਕ ਅਜਿਹਾ ਟੀਵੀ ਵੀ ਹੈ ਜਿਸ ਦੇ ਵਿੱਚ ਜੋ ਚੀਜ਼ ਆ ਰਹੀ ਹੈ ਤੁਸੀਂ ਉਸ ਨੂੰ ਟੇਸਟ ਕਰ ਸਕਦੇ ਹੋ ਚਿਪਸ ਅਤੇ ਦੂਸਰੇ ਪੈਕਟ ਦੇ ਵਿੱਚ ਇਹ ਲਾਈਨ ਕਿਉਂ ਹੁੰਦੀ ਹੈ ਅਜਿਹੀ ਰੌਚਕ ਤੱਥ ਜਾਣਨ ਲਈ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਡਾ ਹੋਸਟ ਜਸਪੀ ਸਿੰਘ ਤੁਸੀਂ ਦੇਖ ਰਹੇ ਹੋ ਜਰਟ ਟੀਵੀ मुंबई के एक स्कूल दे विच एक क्वेश्चन पूछा गया कि सैफ अली खान ते करीना कपूर दे बेटे दा नाम की है ते जदों इस दे बारे करीना कपूर ते सैफ अली खान नूं पता लग्या तां उन्हां ने इस दी शिकायत एजुकेशन बोर्ड नूं कीती ते इस तों बाद एजुकेशन डिपार्टमेंट ने उस स्कूल नूं नोटिस भेजिया ते उन्हां नूं फाइन कीता। ਤੁਸੀਂ ਇਸ ਟੀਵੀ ਨੂੰ ਦੇਖੋ, ਇਸ ਟੀਵੀ ਦੇ ਵਿੱਚ ਜੋ ਵੀ ਕੁਝ ਆ ਰਿਹਾ ਹੈ ਤੁਸੀਂ ਉਸ ਨੂੰ ਟੇਸਟ ਕਰ ਸਕਦੇ ਹੋ। ਇਸ ਦੇ ਵਿੱਚ 10 ਫਲੇਵਰ ਨੇ, ਇਹ 10 ਫਲੇਵਰ ਮਿਕਸ ਹੋ ਕੇ ਕਈ ਅਲੱਗ-ਅਲੱਗ ਤਰ੍ਹਾਂ ਦੇ ਟੇਸਟ ਬਣਾ ਸਕਦੇ ਨੇ। ਇਸ ਟੀਵੀ ਦਾ ਨਾਮ ਹੈ ਟੇਸਟ ਦਾ ਟੀਵੀ। ਇਸ ਦੇ ਵਿੱਚ ਜੋ ਕੁਝ ਵੀ ਆ ਰਿਹਾ ਹੈ ਤੁਸੀਂ ਉਸ ਨੂੰ ਚੱਟ ਕੇ ਉਸ ਦਾ ਟੇਸਟ ਕਰ ਸਕਦੇ ਹੋ। अलास्का ਦੇ ਵਿੱਚ ਇੱਕ ਪੀਜ਼ਾ ਪਲੇਸ ਨਾਮ ਦੀ ਕੰਪਨੀ ਹੈ। ਜੇਕਰ ਤੁਸੀਂ ਉਸ ਕੰਪਨੀ ਦੇ ਵਿੱਚ ਕਿਸੇ ਪੀਜ਼ੇ ਨੂੰ ਆਰਡਰ ਕਰਦੇ ਹੋ ਤਾਂ ਤੁਹਾਡੇ ਪੀਜ਼ੇ ਦਾ ਆਰਡਰ ਹੈਲੀਕਾਪਟਰ ਦੇ ਵਿੱਚ ਆਵੇਗਾ। ਪੀਜ਼ੇ ਦਾ ਤਾਂ ਪਤਾ ਨਹੀਂ ਪਰ ਹੈਲੀਕਾਪਟਰ ਨੂੰ ਦੇਖ ਕੇ ਤੁਹਾਡੇ ਪੈਸੇ ਜ਼ਰੂਰ ਵਸੂਲ ਹੋ ਜਾਣਗੇ। ਜੇਕਰ ਤੁਸੀਂ ਕਿਸੇ ਦੇ ਘਰ ਖਾਣਾ ਖਾਣ ਜਾਂਦੇ ਹੋ ਤਾਂ ਖਾਣਾ ਖਾਣ ਤੋਂ ਬਾਅਦ ਇੱਕ ਵਾਰ ਤੁਹਾਨੂੰ ਉਹਨਾਂ ਦੇ ਖਾਣੇ ਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ। ਚਾਹੇ ਖਾਣਾ ਚੰਗਾ ਹੋਵੇ ਜਾਂ ਬੁਰਾ, ਤਾਂ ਵੀ ਤੁਹਾਨੂੰ ਉਹਨਾਂ ਦੇ ਖਾਣੇ ਦੀ ਤਾਰੀਫ ਕਰਨੀ ਚਾਹੀਦੀ ਹੈ। ਖਾਣੇ ਦੇ ਵਿੱਚੋਂ ਕਿਸੇ ਇੱਕ ਚੀਜ਼ ਦੀ ਤੁਸੀਂ ਤਾਰੀਫ ਜ਼ਰੂਰ ਕਰੋ, ਜਿਵੇਂ ਕਿ ਤੁਹਾਡੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਸੀ। ਇਸ ਦੇ ਨਾਲ ਸਾਹਮਣੇ ਵਾਲੇ ਨੂੰ ਕਾਫੀ ਚੰਗਾ ਲੱਗੇਗਾ ਕਿ ਉਸ ਦਾ ਐਫਰਟ ਤੁਹਾਨੂੰ ਪਸੰਦ ਆਇਆ। ਇਹ ਕਾਫੀ ਫਨੀ ਫੈਕਟ ਹੈ ਕਿ ਇਨਸਾਨ ਚੰਦ ਦੇ ਉੱਪਰ 1969 ਦੇ ਵਿੱਚ ਚਲਿਆ ਗਿਆ ਸੀ, ਪਰ ਜਿਹੜੇ ਸੂਟਕੇਸ ਦੇ ਵਿੱਚ ਟਾਇਰ ਲੱਗੇ ਹੁੰਦੇ ਨੇ ਇਹ 1972 ਦੇ ਵਿੱਚ ਲਗਾਏ ਗਏ ਸਨ। ਯਾਨੀ ਕਿ ਅਸੀਂ ਚੰਦ ਦੇ ਉੱਪਰ ਪਹਿਲਾਂ ਪਹੁੰਚ ਗਏ ਸੀ, ਪਰ ਸੂਟਕੇਸ ਦੇ ਵਿੱਚ ਟਾਇਰ ਲਗਾਉਣ ਦੀ ਕਾਢ ਅਸੀਂ ਬਾਅਦ ਚ ਕੱਢੀ। ਤੁਸੀਂ ਸਪੰਜਬੌਕਸ ਕਾਰਟੂਨ ਦੇ ਵਿੱਚ ਸਟੂਵਰਟ ਦਾ ਇਹ ਘਰ ਤਾਂ ਜ਼ਰੂਰ ਦੇਖਿਆ ਹੋਵੇਗਾ। ਅਸਲ ਦੇ ਵਿੱਚ ਉਸ ਦਾ ਕਾਰਟੂਨ ਦੇ ਵਿੱਚ ਜਿਹੜਾ ਇਹ ਘਰ ਬਣਾਇਆ ਗਿਆ ਹੈ ਇਹ ਇੱਕ ਕਾਰ ਦਾ ਸਲੈਂਸਰ ਹੈ ਜਿਹੜਾ ਕਿ ਪਾਣੀ ਦੇ ਵਿੱਚ ਡਿੱਗ ਪਿਆ ਸੀ। ਇਹ ਇੱਕ ਸਮਾਰਟ ਬੈਂਚ ਹੈ ਜਿਹੜੀ ਕਿ ਬੰਗਲੌਰ ਦੇ ਵਿੱਚ ਬਣੀ ਹੋਈ ਹੈ। ਇਸ ਦੇ ਵਿੱਚ ਫ੍ਰੀ ਵਾਈਫਾਈ ਹੈ ਤੇ ਯੂਐਸਬੀ ਪੋਰਟ ਹੈ। ਇਹ ਸੋਲਰ એનર્ਜੀ ਦੇ ਨਾਲ ਚੱਲਦੇ ਨੇ ਤੇ ਕਾਫੀ ਕਮਾਲ ਦੀ ਚੀਜ਼ ਹੈ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਹ ਬੈਂਚ ਮਹਿੰਗਾ ਵੀ ਕਾਫੀ ਹੈ। ਅਮਰੀਕਾ ਦੇ ਅਰਨੋਲਡ ਸਿਚਨਵਰਗ ਨਾਮ ਦੇ ਇੱਕ ਆਦਮੀ ਨੂੰ ਕਾਫੀ ਜ਼ਿਆਦਾ ਅਜੀਬ ਬਿਮਾਰੀ ਸੀ। ਇਸ ਬਿਮਾਰੀ ਦੇ ਵਿੱਚ ਲੋਕਾਂ ਨੂੰ 13 ਨੰਬਰ ਤੋਂ ਡਰ ਲੱਗਦਾ ਹੈ ਤੇ ਉਸ ਨੂੰ ਵੀ ਅਜਿਹਾ ਹੀ ਸੀ। ਇਹ ਆਦਮੀ ਹਮੇਸ਼ਾ ਆਪਣੇ ਸੌਂਗ ਦੀ ਵੋਲੀਅਮ ਦੇ ਵਿੱਚ ਵੀ 13 ਨੰਬਰ ਨੂੰ ਸਕਿਪ ਕਰ ਦਿੰਦਾ ਸੀ। ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਸ ਦਾ ਜਨਮ ਵੀ 13 ਸਤੰਬਰ ਨੂੰ ਹੋਇਆ ਸੀ ਤੇ ਇਸ ਦੀ ਮੌਤ ਵੀ 13 ਜੁਲਾਈ ਨੂੰ ਹੋਈ ਸੀ ਤੇ ਜਿਸ ਸਾਲ ਇਹਨਾਂ ਦੀ ਮੌਤ ਹੋਈ ਸੀ ਇਹ 76 ਸਾਲਾਂ ਦੇ ਸਨ। 7 ਅਤੇ 6 ਦਾ ਜੋੜ ਵੀ 13 ਹੁੰਦਾ ਹੈ। ਜਦੋਂ ਤੁਸੀਂ ਕਿਸੇ ਪਾਰਕ ਦੇ ਬੈਂਚ ਤੇ ਬੈਠੇ ਹੋਵੋ ਤੇ ਤੁਸੀਂ ਉੱਠਣ ਵਾਲੇ ਹੋਵੋ ਤੇ ਤੁਹਾਡੇ ਨਾਲ ਕੋਈ ਆ ਕੇ ਹੋਰ ਬੈਠ ਜਾਵੇ ਤਾਂ ਤੁਹਾਨੂੰ ਉੱਥੇ 5 ਮਿੰਟ ਤੱਕ ਹੋਰ ਬੈਠਣਾ ਚਾਹੀਦਾ ਹੈ, ਕਿਉਂਕਿ ਜੇਕਰ ਤੁਸੀਂ ਇੱਕਦਮ ਉੱਠ ਕੇ ਚਲੇ ਜਾਓਗੇ ਤਾਂ ਸਾਹਮਣੇ ਵਾਲੇ ਨੂੰ ਲੱਗੇਗਾ ਕਿ ਤੁਸੀਂ ਉਸ ਦੇ ਬੈਠਣ ਦੇ ਕਾਰਨ ਉੱਥੋਂ ਉੱਠ ਗਏ ਹੋ। ਚਾਹੇ ਫਿਰ ਤੁਹਾਡਾ ਉੱਠਣ ਦਾ ਕਾਰਨ ਕੁਝ ਵੀ ਹੋਵੇ, ਪਰ ਉਸ ਆਦਮੀ ਨੂੰ ਅਜਿਹਾ ਹੀ ਲੱਗ ਸਕਦਾ ਹੈ। ਅੱਜ ਕੱਲ੍ਹ ਲੋਕਾਂ ਨੂੰ ਹੱਥ ਧੋਣ ਦੇ ਲਈ ਬਹੁਤ ਜ਼ਿਆਦਾ ਕਿਹਾ ਜਾ ਰਿਹਾ ਹੈ, ਪਰ ਇਹ ਵੀ ਇੱਕ ਸੱਚ ਹੈ ਤੇ ਫੈਕਟ ਹੈ ਕਿ ਹਰ ਸਾਲ 10 ਲੱਖ ਲੋਕਾਂ ਦੀ ਮੌਤ ਚੰਗੀ ਤਰ੍ਹਾਂ ਹੱਥ ਨਾ ਧੋਣ ਕਰਕੇ ਹੁੰਦੀ ਹੈ। ਤੇ ਜੇਕਰ ਸਾਰੇ ਲੋਕ ਚੰਗੀ ਤਰ੍ਹਾਂ ਦੇ ਨਾਲ ਹੱਥ ਧੋਣ ਲੱਗ ਜਾਣ ਤਾਂ ਪੂਰੀ ਦੁਨੀਆ ਦੇ ਵਿੱਚ ਹਰ ਸਾਲ 10 ਲੱਖ ਲੋਕ ਘੱਟ ਮਰਨਗੇ। 1991 ਦੇ ਵਿੱਚ ਮਾਈਕਲ ਜੈਕਸਨ ਇੰਡੀਆ ਆਏ ਸਨ, ਉਦੋਂ ਉਹਨਾਂ ਨੇ ਇੱਥੇ ਆਪਣਾ ਇੱਕ ਸ਼ੋਅ ਕੀਤਾ ਸੀ ਤੇ ਮਾਈਕਲ ਜੈਕਸਨ ਨੇ ਉਸ ਟਾਈਮ ਇਹ ਸ਼ੋਅ ਕਰਵਾਉਣ ਵਾਲਿਆਂ ਤੋਂ ਕੋਈ ਵੀ ਐਕਸਟਰਾ ਫੀਸ ਨਹੀਂ ਲਈ ਸੀ। ਉਸ ਤੋਂ ਬਿਨਾਂ ਵੀ ਇਸ ਸ਼ੋਅ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਪੈਸਾ ਮਿਲਿਆ ਸੀ ਉਸ ਦੇ ਵਿੱਚੋਂ 80% ਪੈਸਾ ਉਹਨਾਂ ਨੇ ਇੰਡੀਆ ਦੇ ਵਿੱਚ ਨਵੀਆਂ ਨੌਕਰੀਆਂ ਨੂੰ ਜਨਰੇਟ ਕਰਨ ਦੇ ਵਿੱਚ ਲਗਾ ਦਿੱਤਾ ਸੀ ਤੇ ਬਾਕੀ ਪੈਸਿਆਂ ਨੂੰ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਲਈ ਦੇ ਦਿੱਤਾ ਸੀ। ਮਾਈਕਲ ਜੈਕਸਨ ਦੇ ਇੰਨਾ ਜ਼ਿਆਦਾ ਫੇਮਸ ਹੋਣ ਦਾ ਇੱਕ ਕਾਰਨ ਇਹ ਵੀ ਹੈ। ਸਵਿਟਜ਼ਰਲੈਂਡ ਦੇ ਵਿੱਚ ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਦੇ ਵਿੱਚੋਂ 3 ਵਾਰ ਤੋਂ ਜ਼ਿਆਦਾ ਫੇਲ ਹੋ ਜਾਂਦੇ ਹੋ ਤਾਂ ਫਿਰ ਤੁਹਾਨੂੰ ਇੱਕ ਸਾਈਕੈਟ੍ਰਿਸਟ ਦੇ ਕੋਲ ਜਾਣਾ ਪੈਂਦਾ ਹੈ ਤੇ ਉੱਥੇ ਜਾ ਕੇ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਆਖਰ ਤੁਹਾਡੇ ਨਾਲ ਹੋ ਕੀ ਰਿਹਾ ਹੈ ਤੇ ਸਾਈਕੈਟ੍ਰਿਸਟ ਉੱਥੇ ਤੁਹਾਨੂੰ ਇੱਕ ਪੇਸ਼ੈਂਟ ਦੀ ਤਰ੍ਹਾਂ ਟ੍ਰੀਟ ਕਰਦਾ ਹੈ ਤੇ ਤੁਹਾਨੂੰ ਮੈਡੀਸਨ ਵੀ ਦਿੰਦਾ ਹੈ। ਉਸ ਤੋਂ ਬਾਅਦ ਜੇਕਰ ਤੁਸੀਂ ਡਰਾਈਵਿੰਗ ਟੈਸਟ ਦਿੰਦੇ ਹੋ ਤਾਂ ਤੁਹਾਨੂੰ ਡਾਕਟਰ ਤੋਂ ਲਿਖਾ ਕੇ ਲਿਆਉਣਾ ਪੈਂਦਾ ਹੈ ਕਿ ਇਹ ਆਦਮੀ ਡਰਾਈਵਿੰਗ ਟੈਸਟ ਦੇਣ ਦੇ ਲਈ ਬਿਲਕੁਲ ਠੀਕ ਠਾਕ ਹੈ ਤੇ ਜੇਕਰ ਤੁਸੀਂ ਫਿਰ ਵੀ ਇਸ ਟੈਸਟ ਦੇ ਵਿੱਚੋਂ ਫੇਲ ਹੋ ਜਾਂਦੇ ਹੋ ਤਾਂ ਤੁਹਾਨੂੰ ਫਿਰ ਡਾਕਟਰ ਦੇ ਕੋਲ ਜਾ ਕੇ ਦੁਬਾਰੇ ਤੋਂ ਫਿਰ ਇਹ ਲਿਖਾ ਕੇ ਲਿਆਉਣਾ ਪਵੇਗਾ ਕਿ ਇਹ ਆਦਮੀ ਟੈਸਟ ਦੇ ਲਈ ਠੀਕ ਹੈ। ਬ੍ਰਾਜ਼ੀਲ ਦੇ ਵਿੱਚ ਇੱਕ ਬੇਘਰ ਆਦਮੀ ਸੀ ਜਿਹੜਾ ਕਿ ਭੁੱਖ ਦੇ ਨਾਲ ਬੇਹੋਸ਼ ਹੋ ਗਿਆ। ਉੱਥੋਂ ਦੇ ਲੋਕਲ ਲੋਕ ਉਸ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਲੈ ਗਏ ਤੇ ਹਸਪੀਟਲ ਵਿੱਚ ਉਸ ਨੂੰ ਐਡਮਿਟ ਕਰਵਾਉਣ ਤੋਂ ਬਾਅਦ ਉਹ ਸਾਰੇ ਚਲੇ ਗਏ ਤੇ ਫਿਰ ਉਸ ਹਸਪੀਟਲ ਦੇ ਦਰਵਾਜ਼ੇ ਦੇ ਉੱਪਰ ਇਹ 4 ਕੁੱਤੇ ਆ ਗਏ। ਇਹ 4 ਕੁੱਤੇ ਉਹ ਸਨ ਜਿਹੜੇ ਕਿ ਇਸ ਆਦਮੀ ਦੇ ਨਾਲ ਰਹਿੰਦੇ ਸਨ। ਇਹ ਆਦਮੀ ਹਰ ਰੋਜ਼ ਇਹਨਾਂ ਨੂੰ ਖਾਣਾ ਦਿੰਦਾ ਸੀ ਤੇ ਇਹੀ ਉਹ ਕੁੱਤੇ ਸਨ ਜਿਹੜੇ ਕਿ ਜ਼ਰੂਰਤ ਦੇ ਸਮੇਂ ਉਸ ਦੇ ਨਾਲ ਖੜੇ ਤੇ ਇਹ ਉਹਨਾਂ ਟਾਈਮ ਉਸੇ ਹਸਪਤਾਲ ਦੇ ਗੇਟ ਦੇ ਉੱਪਰ ਬੈਠੇ ਰਹੇ ਜਿੰਨਾ ਟਾਈਮ ਉਹ ਆਦਮੀ ਉੱਥੋਂ ਡਿਸਚਾਰਜ ਨਹੀਂ ਹੋ ਗਿਆ। ਇਹ ਇੱਕ ਬਹੁਤ ਹੀ ਇੰਟਰਸਟਿੰਗ ਫੈਕਟ ਹੈ ਕਿ 64% ਲੋਕਾਂ ਨੂੰ ਇੰਟਰਵਿਊ ਲੈਣ ਵਾਲੇ ਪਹਿਲੇ 19 ਸੈਕਿੰਡ ਦੇ ਵਿੱਚ ਹੀ ਪਰਖ ਲੈਂਦੇ ਨੇ ਕਿ ਇਹਨਾਂ ਨੂੰ ਅਸੀਂ ਜੌਬ ਦੇਣੀ ਹੈ ਜਾਂ ਨਹੀਂ। ਇਹ ਤੁਹਾਡੇ ਲਈ ਇਹ ਇੱਕ ਟਿਪ ਹੈ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਜੌਬ ਇੰਟਰਵਿਊ ਦੇ ਲਈ ਬਹੁਤ ਜ਼ਿਆਦਾ ਵਧੀਆ ਇੰਪ੍ਰੈਸ਼ਨ ਦਿਖਾਉਣਾ ਹੈ।
इंडिया 1983 जो पहली बार वर्ल्ड कप जितया सी तां की तुसीं जानदे हो उस दिन इंडिया की सारी टीम भुखी रही सी, उन्हां नूं उस दिन खाण नूं कुछ भी नहीं मिलिया सी। असल दे विच पहली बार वर्ल्ड कप जितण तों बाद इंडियन टीम इन्नी ज्यादा खुश हो गई कि वह देर रात तक पार्टी करती रही ते पार्टी दे चक्कर दे विच खाना खाना भुल गए ते फिर जदों इन्हां नूं भुख लगी तां इह बाहर जाके रेस्टोरेंट लभण लगे तां इन्हां नूं पता लग्गा कि उत्थे कोई भी रेस्टोरेंट खुल्ला नहीं है क्योंकि बहुत ज्यादा लेट होण कारण सारे रेस्टोरेंट बंद हो चुके हन। इस करके इंडियन टीम नूं उस दिन भुखे ही सौना पिया सी। ਤੁਹਾਡੇ ਨਾਲ ਵੀ ਅਜਿਹਾ ਕਈ ਵਾਰ ਹੋਇਆ ਹੋਵੇਗਾ ਕਿ ਜਦੋਂ ਤੁਸੀਂ ਕਿਸੇ ਟੇਸਟੀ ਜਾਂ ਵਧੀਆ ਚੀਜ਼ ਨੂੰ ਦੇਖਦੇ ਹੋ ਤਾਂ ਤੁਹਾਡੇ ਮੂੰਹ ਦੇ ਵਿੱਚ ਵੀ ਪਾਣੀ ਆ ਗਿਆ ਹੋਵੇਗਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜਿਵੇਂ ਹੀ ਅਸੀਂ ਕਿਸੇ ਟੇਸਟੀ ਜਾਂ ਵਧੀਆ ਦੇਖਣ ਵਾਲੀ ਖਾਣ ਵਾਲੀ ਚੀਜ਼ ਨੂੰ ਦੇਖਦੇ ਹਾਂ ਤਾਂ ਸਾਡੇ ਦਿਮਾਗ ਨੂੰ ਇਹ ਲੱਗਦਾ ਹੈ ਕਿ ਅਸੀਂ ਉਸ ਨੂੰ ਖਾਣ ਵਾਲੇ ਹਾਂ, ਇਸ ਲਈ ਉਹ ਸਾਡੇ ਮੂੰਹ ਤੇ ਸਲਾਈਵੀ ਗੇਮ ਨੂੰ ਐਕਟਿਵ ਕਰ ਦਿੰਦਾ ਹੈ ਜਿਸ ਦੇ ਕਾਰਨ ਸਾਡੇ ਮੂੰਹ ਦੇ ਵਿੱਚੋਂ ਸਲਾਈਵਾ ਨਿਕਲਣ ਲੱਗ ਜਾਂਦਾ ਹੈ। ਇਹ ਇੱਕ ਪ੍ਰਿਪਰੇਸ਼ਨ ਹੈ ਕਿ ਜਿਹੜਾ ਸਾਡੇ ਮੂੰਹ ਦਾ ਸਲਾਈਵਾ ਜਾਂ ਆਪਾਂ ਕਹੀਏ ਜਿਹੜਾ ਥੁੱਕ ਹੁੰਦਾ ਹੈ ਉਹ ਸਾਡੇ ਖਾਣੇ ਨੂੰ 20% ਮੂੰਹ ਦੇ ਵਿੱਚ ਹੀ ਡਾਈਜੈਸਟ ਕਰ ਦਿੰਦਾ ਹੈ। ਇਸ ਲਈ ਅਸੀਂ ਜਦੋਂ ਵੀ ਕਿਸੇ ਟੇਸਟੀ ਖਾਣੇ ਨੂੰ ਦੇਖਦੇ ਹਾਂ ਜਾਂ ਸੋਚਦੇ ਹਾਂ ਤਾਂ ਸਾਡੇ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ। ਤੁਸੀਂ ਚਿਪਸ ਜਾਂ ਹੋਰ ਕਿਸੇ ਚੀਜ਼ ਦੇ ਪੈਕਟ ਦੇ ਵਿੱਚ ਇਹ ਲਾਈਨ ਨੂੰ ਜ਼ਰੂਰ ਨੋਟਿਸ ਕੀਤਾ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਇਸ ਦਾ ਕੰਮ ਕੀ ਹੁੰਦਾ ਹੈ? ਅਸਲ ਦੇ ਵਿੱਚ ਇਸ ਲਾਈਨ ਦਾ ਇੱਕ ਨਹੀਂ ਬਲਕਿ ਬਹੁਤ ਸਾਰੇ ਕੰਮ ਹੁੰਦੇ ਨੇ। ਸਭ ਤੋਂ ਪਹਿਲਾਂ ਜਦੋਂ ਚਿਪਸ ਨੂੰ ਪੈਕ ਕੀਤਾ ਜਾਂਦਾ ਹੈ ਤਾਂ ਪੈਕਟ ਨੂੰ ਸੀਲ ਕਰਦੇ ਸਮੇਂ ਇਹ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਤੇ ਚਿਪਸ ਦੇ ਪੈਕਟ ਨੂੰ ਏਅਰ ਟਾਈਟ ਬਣਾਉਣ ਦੇ ਲਈ ਵੀ ਇਹ ਮਦਦ ਕਰਦੀ ਹੈ। ਇਸ ਦਾ ਸਭ ਤੋਂ ਵੱਡਾ ਮੇਨ ਕੰਮ ਹੁੰਦਾ ਹੈ ਚਿਪਸ ਦੇ ਪੈਕਟ ਨੂੰ ਪਾੜਨ ਦੇ ਵਿੱਚ। ਜੇਕਰ ਤੁਸੀਂ ਚਿਪਸ ਦੇ ਪੈਕਟ ਨੂੰ ਖੋਲ੍ਹਦੇ ਹੋ ਤਾਂ ਹਮੇਸ਼ਾ ਇਸ ਲਾਈਨ ਤੋਂ ਉਸ ਨੂੰ ਖੋਲ੍ਹੋ। ਅਸੀਂ ਹਮੇਸ਼ਾ ਚਿਪਸ ਦੇ ਪੈਕਟ ਨੂੰ ਕੋਨੇ ਤੋਂ ਕੱਟ ਕੇ ਖੋਲ੍ਹਦੇ ਹਾਂ ਪਰ ਤੁਹਾਨੂੰ ਨਹੀਂ ਪਤਾ ਹੋਵੇਗਾ। ਇਹ ਚੀਜ਼ ਇਨਵਾਇਰਨਮੈਂਟ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਕਿਉਂਕਿ ਸਾਰਾ ਚਿਪਸ ਦਾ ਪੈਕਟ ਤਾਂ ਫਿਰ ਤੋਂ ਰੀਸਾਈਕਲ ਹੋ ਜਾਂਦਾ ਹੈ ਪਰ ਜਿਹੜਾ ਛੋਟਾ ਜਿਹਾ ਟੁਕੜਾ ਤੁਸੀਂ ਉਸ ਨੂੰ ਖੋਲ੍ਹਣ ਵੇਲੇ ਪਾੜਿਆ ਹੁੰਦਾ ਹੈ ਉਹ ਰੀਸਾਈਕਲ ਨਹੀਂ ਹੁੰਦਾ ਤੇ ਉਹ ਹਮੇਸ਼ਾ ਦੇ ਲਈ ਧਰਤੀ ਦੇ ਉੱਪਰ ਕਚਰਾ ਬਣ ਕੇ ਰਹਿ ਜਾਂਦਾ ਹੈ। ਇਸ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਉਸ ਦੇ ਬਾਰੇ ਕੁਝ ਰੋਚਕ ਤੱਥ ਤੁਸੀਂ ਸਾਡਾ YouTube ਚੈਨਲ ਜੋ ਟੀਵੀ ਅਤੇ Facebook ਚੈਨਲ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।